ਗੁੱਡ ਮਾਰਨਿੰਗ ਸਟੂਡੈਂਟਸ ਵੈਲਕਮ ਟੂ ਪੰਜਾਬੀ ਕਲਾਸ ਪੇਟਾ ਇਸ ਟਰਮ ਦੇ ਵਿੱਚ ਤੁਹਾਨੂੰ ਆਏਗਾ ਵਿਸਾਖੀ ਦਾ ਮੇਲਾ ਠੀਕ ਹੈ ਫਸਲਾਂ ਦੀ ਹੁਣ ਮੁੱਕ ਗਈ ਰਾਖੀ ਉਹ ਜੱਟਾ ਆਈ ਵਿਸਾਖੀ ਜਾਣ ਪਛਾਨ ਵਿਸਾਖੀ ਦੇ ਮੇਲੇ ਦਾ ਸੰਬੰਧ ਹਾੜੀ ਦੀ ਫਸਲ ਨਾਲ ਹੈ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਪੱਕੀ ਫਸਲ ਨੂੰ ਵੇਖ ਕੇ ਜੱਟ ਖੁਸ਼ੀ ਵਿੱਚ ਪੰਗੜੇ ਪਾਉਣ ਲੱਗਦਾ ਹੈ ਤੇ ਢੋਲ ਦੀ ਆਵਾਜ਼ ਤੇ ਨੱਚਦਾ ਟੱਪਦਾ ਗੀਤ ਗਾਉਂਦਾ ਹੈ ਮੇਲੇ ਨੂੰ ਤੁਰ ਪੈਂਦਾ ਹੈ ਮੇਲੇ ਦਾ ਲਗਣਾ ਬਸਾਖੀ ਦਾ ਮੇਲਾ 13 ਅਪ੍ਰੈਲ ਨੂੰ ਭਾਰਤ ਵਿੱਚ ਥਾਂ-ਥਾਂ ਲੱਗਦਾ ਹੈ ਇਹ ਮੇਲਾ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਮੇਲਾ ਵੇਖਣ ਜਾਣਾ ਸਾਡੇ ਪਿੰਡ ਵਿੱਚ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਹੈ ਇਸ ਵਾਰ ਮੈਂ ਵੀ ਆਪਣੇ ਪਿਤਾ ਜੀ ਨਾਲ ਮੇਲਾ ਵੇਖਣ ਲਈ ਗਈ ਜਾਂ ਗਿਆ ਰਸਤੇ ਵਿੱਚ ਮੈਂ ਵੇਖਿਆ ਕਿ ਬਹੁਤ ਸਾਰੇ ਬੱਚੇ ਨੌਜਵਾਨ ਬਜ਼ੁਰਗ ਮੇਲਾ ਵੇਖਣ ਲਈ ਜਾ ਰਹੇ ਸਨ ਸਾਰਿਆਂ ਨੇ ਨਵੇਂ ਕੱਪੜੇ ਪਾਏ ਹੋਏ ਸਨ ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਵਾਢੀ ਦਾ ਸ਼ਗਨ ਕਰਦਿਆਂ ਵੇਖਿਆ ਵੀ ਵੇਖਿਆ ਵਾਢੀ ਮਤਲਬ ਵੱਢਣਾ ਫਸਲਾਂ ਨੂੰ ਵੱਢਣਾ ਉਹਨਾਂ ਨੂੰ ਪੱਕੀ ਹੋਈ ਕਣਕ ਇਸ ਤਰ੍ਹਾਂ ਵੀ ਖਾਈ ਦਿੰਦੀ ਸੀ ਜਿਵੇਂ ਖੇਤਾਂ ਵਿੱਚ ਸੋਨਾ ਵਿਛਿਆ ਹੋਵੇ ਇਤਿਹਾਸਿਕ ਪਛੋਕੜ ਦੇ ਪਿਛੇ ਇਤਿਹਾਸ ਦਾ ਕੀ ਮਾਇਨਾ ਰੱਖਦਾ ਹੈ ਉਹਦੇ ਬਾਰੇ ਹੁਣ ਅਸੀਂ ਦੇਖਾਂਗੇ ਇਸ ਮੇਲੇ ਦਾ ਸੰਬੰਧ ਕੁਝ ਇਤਿਹਾਸਿਕ ਘਟਨਾਵਾਂ ਨਾਲ ਵੀ ਹੈ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਬੇਟਾ 1699 ਨੂੰ ਕੀਤੀ ਸੀ ਉਹਨਾਂ ਨੇ ਈਅਰ ਨਹੀਂ ਦੱਸਿਆ ਪਰ ਜਸਟ ਨੋਲੇਜ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਇਸੇ ਦਿਨ 1919 ਨੂੰ ਇਸਵੀ ਨੂੰ ਜ਼ਾਲਮ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਵਿਖੇ ਗੋਲੀਆਂ ਚਲਾ ਕੇ ਸੈਂਕੜੇ નિર્ਦੋਸ਼ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ਅੰਮ੍ਰਿਤਸਰ ਵਿਖੇ ਠੀਕ ਹੈ ਮੇਲੇ ਦਾ ਦ੍ਰਿਸ਼ ਮੇਲੇ ਦੇ ਵਿੱਚ ਚਾਰੇ ਪਾਸਿਓਂ ਵਾਜੇ ਵੱਜਣ ਢੋਲ ਖੜਕਣ ਪੰਗੂੜਿਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਇੱਥੇ ਕਾਫੀ ਰੋਲਾ ਰੱਪਾ ਸੀ ਆਲੇ ਦੁਆਲੇ ਮਠਾਈਆਂ ਖਿਡੋਨੀਆਂ ਦੀਆਂ ਤੇ ਹੋਰ ਕਈ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਜਲੇਬੀਆਂ ਖਾਦੀਆਂ ਤੇ ਅੱਗੇ ਨੂੰ ਤੁਰ ਪਏ ਇਸ ਮੇਲੇ ਵਿੱਚ ਬੱਚੇ ਈਸਤਰੀਆਂ ਪੰਗੂੜੇ ਝੂਟ ਰਹੇ ਸਨ ਮੈਂ ਵੀ ਪੰਗੂੜੇ ਝੂਟੇ ਤੇ ਫਿਰ ਜਾਦੂਗਰ ਦਾ ਖੇਡ ਵੇਖੀ ਪੰਗੜਾ ਤੇ ਮੈਚ ਅਸੀਂ ਥਾਂ-ਥਾਂ ਤੇ ਜੱਟਾਂ ਦੇ ਪੰਗੜੇ ਪਾਉਂਦੇ ਲਲਕਾਰੇ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਵੇਖਿਆ ਲੱਗਦਾ ਸੀ ਕਿ ਹੁਣੇ ਕੋਈ ਲੜਾਈ ਵੀ ਹੋ ਜਾਏਗੀ ਪਰ ਭੀੜ ਤੇ ਕਾਬੂ ਪਾਉਣ ਲਈ ਪੁਲਿਸ ਵੀ ਮੌਜੂਦ ਸੀ ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਵੇਖਿਆ ਤੇ ਦੂਜੇ ਪਾਸੇ ਕਬੱਡੀ ਦਾ ਵੀ ਆਨੰਦ ਲਿਆ ਮਾਨਿਆ ਮੇਲੇ ਤੋਂ ਵਾਪਸੀ ਇੰਨੇ ਨੂੰ ਸੂਰਜ ਛਿਪਣ ਲੱਗਾ ਤੇ ਲੋਕ ਆਪਣੇ ਘਰਾਂ ਨੂੰ ਚੱਲ ਪਏ ਅਸੀਂ ਵੀ ਕੁਝ ਮਠਾਈਆਂ ਤੇ ਫਲ ਖਰੀਦੇ ਤੇ ਘਰ ਵੱਲ ਨੂੰ ਚੱਲ ਪਏ ਬੇਟਾ ਇਸ ਐਸੇ ਦੇ ਵਿੱਚ ਕੀ ਹੈ ਕਿ ਤੁਹਾਨੂੰ ਵਿਸਾਖੀ ਬਾਰੇ ਹੀ ਪੂਰਾ ਦੱਸਣਾ ਹੈ ਠੀਕ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਾਣ ਪਛਾਣ ਚ ਦੱਸਾਂ ਕਿ ਵਿਸਾਖੀ ਕਿਸ ਤਰ੍ਹਾਂ ਹੁੰਦੀ ਹੈ ਇਹ ਕਿਸ ਤਰ੍ਹਾਂ ਹਾੜੀ ਦੀ ਫਸਲ ਬੋਈ ਜਾਂਦੀ ਹੈ ਵਿਸਾਖ ਮਹੀਨੇ ਕੱਟੀ ਜਾਂਦੀ ਹੈ ਠੀਕ ਹੈ ਫਿਰ ਉਹ ਚ ਮੇਲਾ ਕਿਸ ਤਰ੍ਹਾਂ ਲੱਗਿਆ ਸੀ ਕਿਹੜੇ ਤਰੀਕ ਨੂੰ ਲੱਗਿਆ ਸੀ ਉਹਦੇ ਬਾਰੇ ਦੱਸ ਦੇਣਾ ਮੇਲਾ ਵੇਖਣ ਜਾਣਾ ਮੈਂ ਵੀ ਆਪਣੇ ਘਰ ਦੇ ਨਾਲ ਗਈ ਠੀਕ ਹੈ ਹਰ ਤਰ੍ਹਾਂ ਦੇ ਲੋਕ ਜਾਂਦੇ ਨੇ ਇਤਿਹਾਸਿਕ ਪਛੋਕੜ ਕੀ ਇਹਦੀ ਇਤਿਹਾਸ ਦਾ ਕੀ ਮਹੱਤਵ ਹੈ ਪਿੱਛੋਂ ਦੀ ਕੀ ਮਹੱਤਵ ਆਇਆ ਇਤਿਹਾਸ ਤੋਂ ਉਸ ਤੋਂ ਬਾਅਦ ਮੇਲੇ ਰਦ੍ਰਿਸ਼ੇ ਦੱਸ ਦੇਣਾ ਕਿ ਮੇਲੇ ਦੇ ਵਿੱਚ ਕੀ ਕੀ ਹੁੰਦਾ ਹੈ ਪੰਗੜੇ ਦਾ ਮੈਚ ਦੱਸ ਦੇਣਾ ਮੇਲੇ ਤੋਂ ਵਾਪਸੀ ਦੱਸ ਦੇਣੀ ਹੈ ਇਹ ਤੁਸੀਂ ਆਪ ਵੀ ਬਣਾ ਕੇ ਬੜਾ ਸੋਹਣੀ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਅਗਲਾ ਤੁਹਾਡਾ ਐਸੇ ਹੈਗਾ ਬੇਟਾ ਵਰਖਾ ਰੁੱਤ ਵਰਖਾ ਰੁੱਤ ਵੀ ਕਰਨ ਦੀ ਸਾਨੂੰ ਲੋੜ ਨਹੀਂ ਹੈ ਵਰਖਾ ਰੁੱਤ ਅੱਜ ਕੱਲ ਚੱਲ ਰਹੀ ਹੈ ਉਹਦੇ ਬਾਰੇ ਬਚਪਨ ਚ ਅਸੀਂ ਵੀ ਗੀਤ ਗਾਉਂਦੇ ਸੀ ਤੁਸੀਂ ਵੀ ਗਾਉਂਦੇ ਹੋਵੋਗੇ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਚ ਠੀਕ ਹੈ ਜਾਨ ਪਛਾਨ ਭਾਰਤ ਦੇ ਧਰਤੀ ਤੇ ਛੇ ਰੁੱਤਾਂ ਸਰਦੀ ਗਰਮੀ ਬਸੰਤ ਪਤ ਪਤਝੜ ਵਰਖਾ ਤੇ ਔੜ ਔੜ ਹੁੰਦੀ ਜਦੋਂ ਕਦੇ ਮੀਂਹ ਨਹੀਂ ਪੈਂਦਾ ਠੀਕ ਹੈ ਵਾਰੀ ਵਾਰੀ ਆ ਕੇ ਦਸਤਕ ਦਿੰਦੀਆਂ ਹਨ ਭਾਰਤ ਵਿੱਚ ਜੁਲਾਈ ਅਗਸਤ ਦੇ ਮਹੀਨੇ ਬਰਸਾਤ ਦੇ ਮਹੀਨੇ ਹਨ ਇਸੇ ਵੇਲੇ ਕਿਤੇ ਨਾ ਕਿਤੇ ਬੱਦਲ ਵਰਨੇ ਸ਼ੁਰੂ ਹੋ ਜਾਂਦੇ ਹਨ ਤੇ ਕੜੀਆਂ ਪਲਾਂ ਵਿੱਚ ਆਲਾ ਦਵਾਲਾ ਪਾਣੀ ਨਾਲ ਭਰ ਜਾਂਦਾ ਹੈ ਤੜਕਸਾਰ ਮੀਂਹ ਦਾ ਆਰੰਭ ਇਹ ਆਪਣੇ ਤੁਸੀਂ ਘਰ ਦਾ ਦੱਸ ਦਿਨਾ ਦ੍ਰਿਸ਼ ਜੁਲਾਈ ਮਹੀਨੇ ਦੇ ਵਿੱਚ ਇਕ ਰਾਤ ਸਖਤ ਗਰਮੀ ਹੋਣ ਕਰਕੇ ਮੈਨੂੰ ਅੱਧੀ ਰਾਤ ਨੂੰ ਨੀਂਦ ਆਈ ਅਸੀਂ ਸਾਰੇ ਕੋਠੇ ਉੱਤੇ ਸੁੱਤੇ ਪਏ ਸੀ ਤੜਕਸਾਰ ਕਿਨਮਿਨ ਨੇ ਮੈਨੂੰ ਜਗਾ ਦਿੱਤਾ ਮੈਂ ਅੱਖਾਂ ਮਲਦਾ ਉੱਠਿਆ ਜਾਂ ਉੱਠੀ ਮੈਂ ਵੇਖਿਆ ਕਿ ਚਾਰੇ ਪਾਸੇ ਕੋਠਿਆਂ ਉੱਪਰ ਲੋਕ ਜਾਗ ਪਏ ਸਨ ਹਰ ਪਾਸੇ ਹਫੜਾ ਦਪੜੀ ਮਚੀ ਹੋਈ ਸੀ ਇੰਨੇ ਨੂੰ ਬਿਜਲੀ ਚਮਕੀ ਤੇ ਬੱਦਲ ਗਰਜਣ ਲੱਗ ਪਏ ਅਸੀਂ ਕੋਠੇ ਤੇ ਮੰਜੇ ਬਿਸਤਰੇ ਲਾਏ ਤੇ ਹੇਠਾਂ ਕਮਰੇ ਵਿੱਚ ਆ ਗਏ ਜਰਨਲ ਜੀ ਗੱਲ ਹੈ ਜਮੀ ਪਿਆ ਤੇ ਥੱਲੇ ਆਣਾ ਹੀ ਸੀਗਾ ਲੈ ਕੇ ਦਿਨ ਚੜਨਾ ਤੇ ਸਕੂਲ ਜਾਣਾ ਥੱਲੇ ਉਤਰ ਕੇ ਅਸੀਂ ਸਾਰੇ ਮੋੜ ਮੰਜਿਆ ਤੇ ਲੰਮੇ ਪੈ ਗਏ ਬਿਜਲੀ ਬੰਦ ਹੋ ਜਾਣ ਕੇ ਹਨੇਰਾ ਜਿਹਾ ਹੋ ਗਿਆ ਜਦੋਂ ਜ਼ਿਆਦਾ ਤੇਜ਼ بارش ਆਂਦੀ ਤੇ ਬਿਜਲੀ ਬਟਾ ਹੋਈ ਜਾਂਦੀ ਹੈ ਬੰਦ ਮੱਛਰ ਵੀ ਲੜਨ ਲੱਗ ਪੈਂਦਾ ਮੇਰੇ ਅਜੇ ਅੱਖ ਹੀ ਲੱਗੀ ਸੀ ਕਿ ਮੰਮੀ ਨੇ ਮੈਨੂੰ ਜਗਾ ਦਿੱਤਾ ਹੁਣ ਦਿਨ ਚੜ ਚੁਕਾ ਸੀ ਮੀਂਹ ਪੈ ਰਿਹਾ ਸੀ ਮੈਂ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਨਾਸ਼ਤਾ ਕਰਕੇ ਤੇ ਛਤਰੀ ਲੈ ਕੇ ਮੈਂ ਸਕੂਲ ਵੱਲ ਨੂੰ ਚੱਲ ਪਿਆ ਉਸ ਵੇਲੇ ਹਲਕੀ ਹਲਕੀ بارش ਹੋ ਰਹੀ ਸੀ ਵਰਖਾ ਰੁੱਤ ਤੇ ਦ੍ਰਿਸ਼ ਰਸਤੇ ਵਿੱਚ ਭੀੜ ਕਾਫੀ ਘੱਟ ਸੀ ਬੱਚੇ ਬੱਗੀਆਂ ਰਿਕਸ਼ੀਆਂ ਤੇ ਸਕੂਲ ਬਸਾਂ ਵਿੱਚ ਆਪਣੇ ਆਪਣੇ ਸਕੂਲ ਜਾ ਰਹੇ ਸਨ ਰਸਤੇ ਪਾਣੀ ਨਾਲ ਭਰੇ ਸਨ ਤੇ ਲੋਕਾਂ ਦੀਆਂ ਕਾਰਾਂ ਸਕੂਟਰਾਂ ਦੀ ਬੰਦ ਹੋਏ ਖੜੇ ਸਨ ਕੁਝ ਸਮੇਂ ਬਾਅਦ ਮੈਂ ਸਕੂਲ ਜਾ ਪੁੱਜਾ ਬਹੁਤ ਸਾਰੇ ਵਿਦਿਆਰਥੀ ਭਿੱਜੇ ਹੋਏ ਸਨ ਜਦੋਂ ਸਕੂਲ ਲੱਗਣ ਦੀ ਘੰਟੀ ਵੱਜੀ ਤਾਂ ਮੈਂ ਤਾਂ ਅਸੀਂ ਵੇਖਿਆ ਕਿ ਜਮਾਤਾਂ ਵਿੱਚ ਹਾਜਰੀ ਬਹੁਤ ਕਾਟ ਸੀ ਬਾਹਰ ਮੀ ਹੋਰ ਤੇਜ਼ ਹੋ ਚੁੱਕਾ ਸੀ ਜਦੋਂ ਨੇਚਰਲੀ ਜਦੋਂ ਮੀਂਹ ਤੇਜ਼ ਹੋਏਗਾ ਸਾਡੇ ਸਕੂਲ ਵਿੱਚ ਵੀ ਕਾਟੀ ਹਾਜ਼ਰੀ ਹੁੰਦੀ ਹੈ ਹਨਾ ਕਾਟੀ ਬੱਚੇ ਆਉਂਦੇ ਨੇ ਵਾਪਸੀ ਦੁਪਹਿਰ ਨੂੰ ਮੀਂਹ ਰੁਕ ਗਿਆ ਤੇ ਸਕੂਲ ਵਿੱਚ ਪੂਰੀ ਛੁੱਟੀ ਹੋ ਗਈ ਸਕੂਲੋਂ ਬਾਹਰ ਨਿਕਲ ਕੇ ਹੀ ਮੇਰਾ ਮਿੱਤਰ ਅਚਾਨਕ ਤਿਲਕ ਗਿਆ ਤਿਲਕ ਮਤਲਬ ਫਿਸਲ ਗਿਆ ਡਿੱਗ ਗਿਆ ਉਸ ਦੇ ਕੱਪੜੇ ਚਿੱਕੜ ਨਾਲ ਭਰ ਗਏ ਤੇ ਮੇਰੀ ਪੈਂਟ ਵੀ ਮੀਂਹ ਵਿੱਚ ਭਿੱਜ ਗਈ ਸਕੂਲ ਨੂੰ ਤੋਂ ਥੋੜਾ ਅੱਗੇ ਗਏ ਤਾਂ ਰਸਤੇ ਵਿੱਚ ਇੱਕ ਕੰਦ ਡਿੱਗੀ ਹੋਈ ਵੇਖੀ ਮੈਂ ਭਿੱਜਿਆ ਹੋਇਆ ਆਪਕਾਰ ਪਹੁੰਚਿਆ ਤੇ ਵੇਖਿਆ ਕਿ ਮੰਮੀ ਖੀਰ ਪੂੜੇ ਬਣਾ ਰਹੇ ਸਨ ਮੈਂ ਉਸ ਦਿਨ ਮੈਂ ਰੱਜ ਰੱਜ ਕੇ ਖੀਰ ਪੂੜੇ ਖਾਦੇ ਵਰਖਾ ਦਾ ਜੀਵਨ ਵਿੱਚ ਮਹੱਤਵ ਵਰਖਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਪਰ ਗਰਮੀ ਤੋਂ ਬਾਅਦ ਲੋਕ ਇਸ ਠੰਡੀ ਰੁੱਤ ਦਾ ਇੰਤਜ਼ਾਰ ਕਰਦੇ ਹਨ ਜਦੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਤਾਂ ਸਬਨਾ ਤੇ ਚਿਹਰੇ ਖਿੜ ਜਾਂਦੇ ਹਨ ਖਾਸ ਕਰਕੇ ਕਿਸਾਨ ਬਹੁਤ ਖੁਸ਼ ਹੁੰਦੇ ਤੇ ਖੁਸ਼ੀ ਵਿੱਚ ਗੀਤ ਗਾਉਣ ਲੱਗਦੇ ਹਨ ਰੱਪਾ ਰੱਪਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋ ਰੋਜ਼ੋ ਇਹ ਤੁਹਾਡਾ ਜਿਹੜਾ ਹੈਗਾ ਫਸਟ ਟਰਮ ਦੇ ਵਿੱਚ ਆਏਗਾ ਵਰਖਾ ਰੁੱਤ ਠੀਕ ਹੈ ਇਹ ਤੁਸੀਂ ਸਭ ਬੱਚਾ ਨਿਕਾਲ ਲੈਣਾ ਬੇਟਾ ਇਹਦੇ ਵਿੱਚ ਪਿਆਰੇ ਬੇਸ਼ੱਕ ਤੁਸੀਂ ਇਹ ਹੈਡਿੰਗ ਦੋਗੇ ਤੁਸੀਂ ਪਰ ਵਿੱਚ ਆਪਣੀਆਂ ਵੀ ਗੱਲਾਂ ਲਿਖ ਸਕਦੇ ਹੋ ਠੀਕ ਹੈ ਆਪੇ ਬਣਾ ਕੇ ਵੀ ਤੁਸੀਂ ਇਹ ਸਾਰਾ ਜਿਹੜਾ ਐਸੇਓ ਕਰ ਸਕਦੇ ਹੋ ਓਕੇ ਬੇਟਾ